ਹੈਲੋ ਦੋਸਤੋ ਬਹੁਤ-ਬਹੁਤ ਸਵਾਗਤ ਹੈ ਜੀ ਇੱਕ ਵਾਰੀ ਫੇਰ ਤੋਂ ਤੁਹਾਡੇ ਆਪਣੇ ਚੈਨਲ ਸਟੱਡੀ ਸਪੀਰੀਅਰ ਦੇ ਵਿੱਚ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਜੀ ਇਸ ਚੈਨਲ ਦੇ ਜ਼ਰੀਏ ਮੈਂ ਤੁਹਾਨੂੰ ਪੀਐਸ ਟੈਟ ਪੇਪਰ 1 ਤੇ ਪੇਪਰ 2 ਦੀ ਪ੍ਰੀਪਰੇਸ਼ਨ ਹੈ ਜਿਹੜੀ ਉਹ ਕਰਵਾਉਣਾ ਜੀ ਤੇ ਉਸ ਤੋਂ ਇਲਾਵਾ ਪੀਐਸ ਟੈਟ ਪੇਪਰ 1 ਤੇ ਪੇਪਰ 2 ਦੀ ਜਿੰਨੇ ਵੀ ਨੋਟੀਫਿਕੇਸ਼ਨ ਬੋਰਡ ਵੱਲੋਂ ਜਾਰੀ ਹੁੰਦੇ ਨੇ ਜਾਂ ਕੋਈ ਵੀ ਨਵੀਂ ਅਪਡੇਟ ਆਉਂਦੀ ਹੈ ਮੈਂ ਤੁਹਾਡੇ ਤੱਕ ਉਹ ਪਹੁੰਚਾਉਣਾ ਜੀ ਇਹਨਾਂ ਵੀਡੀਓ ਦੇ ਮਾਧਿਅਮ ਦੇ ਜ਼ਰੀਏ ਤੇ ਇਸ ਦੇ ਲਈ ਦੋਸਤੋ ਅੱਜ ਵੀ ਜਿਹੜੀ ਇੱਕ ਅਪਡੇਟ ਹੈ ਜੀ ਉਹ ਨਿਕਲ ਕੇ ਆ ਰਹੀ ਹੈ ਕਿ ਜਿਹੜੀਆਂ ਤੇ ਪੀਐਸ ਚਟ ਪੇਪਰ 1 ਤੇ 2 ਲਈ ਪੋਸਟਾਂ ਕਦੋਂ ਤੱਕ ਆ ਸਕਦੀਆਂ ਨੇ ਜੀ ਤੇ ਇਹ ਨੋਟੀਫਿਕੇਸ਼ਨ ਦੇ ਵਿੱਚ ਦੋਸਤੋ ਹੋਰ ਵੀ ਜ਼ਰੂਰੀ ਜਿਹੜੀ ਅਪਡੇਟ ਆ ਦੋਸਤੋ ਉਹ ਅਪਡੇਟ ਇਹ ਆ ਜੀ ਕਿ ਈਟੀਟੀ ਤੇ ਬੀਐਡ ਦੇ ਜਿਹੜੇ ਆਪਾਂ ਕੋਰਸ ਕਰਦੇ ਆ ਦੋਸਤੋ ਪੇਪਰ 1 ਦੇ ਲਈ ਜਿਹੜੀ ਈਟੀਟੀ ਕਿੰਨੀ ਆਉਂਦੀ ਹੈ ਤੇ ਪੇਪਰ 2 ਦੇ ਲਈ ਜਿਹੜੇ ਬੀਐਡ ਦੇ ਕੋਰਸ ਨੇ ਕੀ ਉਹ ਅੱਗੇ ਚੱਲਦੇ ਰਹਿਣਗੇ ਜਾਂ ਉਹ ਬੰਦ ਹੋ ਜਾਣਗੇ ਜੀ ਸਾਰੀ ਅਪਡੇਟ ਕੀ ਆ ਜੀ ਮੈਂ ਤੁਹਾਨੂੰ ਇਸ ਜਿਹੜਾ ਨੋਟੀਫਿਕੇਸ਼ਨ ਆਇਆ ਜੀ ਨਿਊਜ਼ਪੇਪਰ ਦੀ ਕਿ ਕਟਿੰਗ ਹੈ ਫਰੈਂਡਸ ਉਹਦੇ ਵਿੱਚ ਮੈਂ ਤੁਹਾਨੂੰ ਸਾਰਾ ਜਿਹੜਾ ਰੀਡ ਆਊਟ ਕਰਵਾ ਦਿੰ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ ਜੇਕਰ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਜੋ ਅੱਗੇ ਜਿੰਨੀਆਂ ਵੀ ਅਪਡੇਟਸ ਨੇ ਉਹਨਾਂ ਸਾਰਿਆਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਜੀ ਠੀਕ ਹੈ ਜੀ ਤਾਂ ਪੜਦੇ ਆਪਾਂ ਅੱਜ ਦਾ ਨੋਟੀਫਿਕੇਸ਼ਨ ਜੀ हांजी दोस्तों ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜੀ ਇੱਕ ਨਿਊਜ਼ਪੇਪਰ ਦੀ ਕਟਿੰਗ ਹੈ ਜੀ ਤੇ ਇਸ ਦੇ ਉੱਤੇ ਲਿਖਿਆ ਹੋਇਆ ਜੀ ਬੀਐਡ ਅਤੇ ਏਟੀਟੀ ਦੇ ਕੋਰਸ ਬੰਦ ਨਹੀਂ ਹੋਣਗੇ ਸਿੱਖਿਆ ਮੰਤਰੀ ਮੀ ਜਿਹੜੇ ਆਪਾਂ ਏਟੀਟੀ ਦੇ ਕੋਰਸ ਤੇ ਬੀਐਡ ਦੇ ਕੋਰਸ ਕਰਦੇ ਆ ਜੀ ਡਾਇਟ ਵਗੈਰਾ ਜਾਂ ਜਿਨੇ ਵੀ ਪ੍ਰਾਈਵੇਟ ਇੰਸਟੀਚਿਊਸ਼ਨ ਨੇ ਸਾਰਿਆਂ ਦੇ ਵਿੱਚੋਂ ਆਪਾਂ ਬੀਐਡ ਜਾਂ ਏਟੀਟੀ ਕਰਦੇ ਆ ਜੀ ਉਹ ਬੰਦ ਨਹੀਂ ਕੀਤੇ ਜਾਣਗੇ ਅੰਗੇ ਕੋਰਸ ਨੇ ਜਿਹੜੇ ਫਿਊਚਰ ਦੇ ਵਿੱਚ ਚੱਲਦੇ ਰਹਿਣਗੇ ਤੇ ਉਸ ਤੋਂ ਇਲਾਵਾ ਦੋਸਤੋ ਗੱਲ ਹੋਈ ਹੈ ਜੀ ਕਿ 31 ਮਾਰਚ ਤੱਕ ਜਿਹੜੀਆਂ ਖਾਲੀ ਅਸਾਮੀਆਂ ਨੇ ਉਹ ਭਰ ਦਿੱਤੀਆਂ ਜਾਣਗੀਆਂ ਜੀ ਠੀਕ ਹੈ ਜੀ ਸੰਗਰੂਰ 16 ਫਰ ਉਸ ਸੰਬੰਧੀ ਇਸ਼ਤਿਹਾਰ ਜਾਰੀ ਕੀਤਾ ਜਾ ਰਿਹਾ ਹੈ ਅਤੇ 31 ਮਾਰਚ ਤੋਂ ਪਹਿਲਾ ਪਹਿਲਾ ਸਾਰੀਆਂ ਖਾਲੀ ਅਸਾਮੀਆਂ ਭਰ ਦਿੱਤੀਆਂ ਜਾਣਗੀਆਂ ਠੀਕ ਹੈ ਜੀ ਮੀਨਸ ਦੋਸਤੋ ਗੱਲ ਇਹ ਹੈ ਜੀ ਕਿ ਫਰਵਰੀ ਚੱਲ ਰਹੀ ਹੈ ਤੇ 31 ਮਾਰਚ ਤੱਕ ਜਿਹੜੀਆਂ ਅਸਾਮੀਆਂ ਨੇ ਉਹ ਬੋਰਡ ਵੱਲੋਂ ਪੂਰੀ ਪੂਰੀ ਭਰਨ ਦੀ ਜਿਹੜੀ ਤਿਆਰੀ ਹੋ ਚੁੱਕੀ ਹੈ ਜੀ ਤੇ ਜਲਦੀ ਤੋਂ ਜਲਦੀ ਜਿਹੜਾ ਨੋਟੀਫਿਕੇਸ਼ਨ ਆ ਬੋਰਡ ਵੱਲੋਂ ਜਾਰੀ ਹੋ ਸਕਦਾ ਠੀਕ ਹੈ ਜੀ ਤੇ ਕਿੰਨੀਆਂ-ਕਿੰਨੀਆਂ ਪੋਸਟਾਂ ਦੀ ਜਿਹੜੀਆਂ ਦੋਸਤੋ ਆ ਸਕਦੀ ਨੇ ਅਸੀਂ ਇਸ ਵੀਡੀਓ ਦੇ ਵਿੱਚ ਗੱਲ ਕਰ ਹੀ ਲੈਨੇ ਆ ਜੀ ਦੋਸਤੋ ਇਸ ਬਾਰੇ ਜਿਹੜਾ ਬੋਰਡ ਵੱਲੋਂ ਨੋਟੀਫਿਕੇਸ਼ਨ ਜਦੋਂ ਆਵੇਗਾ ਜੀ ਮੈਂ ਦਿਖਾ ਦੇ ਤਾਂ ਜਿਹੜੀ ਗੱਲ ਹੋ ਰਹੀ ਹੈ ਲਗਭਗ 500 ਪੋਸਟਾਂ ਦੀ ਹੋ ਰਹੀ ਹੈ ਜੀ ਪਰੰਤੂ ਜਦੋਂ ਵੀ ਬੋਰਡ ਵੱਲੋਂ ਕੋਈ ਵੀ ਅਫੀਸ਼ੀਅਲ ਨੋਟੀਫਿਕੇਸ਼ਨ ਜਾਰੀ ਹੁੰਦਾ ਤਾਂ ਸਾਨੂੰ ਉਸ ਦੇ ਵਿੱਚ ਸਾਫ਼-ਸਾਫ਼ ਪਤਾ ਲੱਗ ਜਾਏਗਾ ਕਿ ਕਿੰਨੀਆਂ ਜਿਹੜੀਆਂ ਯੂਡੀਟੀਆਂ ਦੀਆਂ ਪੋਸਟਾਂ ਨੇ ਤੇ ਕਿੰਨੀਆਂ ਜਿਹੜੀਆਂ ਬੀਐਡ ਦੀ ਪੋਸਟਾਂ ਨੇ ਉਹ ਆਈਆਂ ਨੇ ਜੀ ਠੀਕ ਹੈ ਜੀ ਇਹ ਛੋਟੀ ਜੀ ਛੋਟੀ ਜੀ ਜਾਣਕਾਰੀ ਸੀ ਜੋ ਜਿਹੜੀ ਦੋਸਤੋ ਮੈਂ ਤੁਹਾਡੇ ਤੱਕ ਸ਼ੇਅਰ ਕਰਨੀ ਸੀ ਠੀਕ ਹੈ ਜੀ